ਛੜਿਆਂ ਲਈ ਰੋਬਟ ਤਿਆਰ ਕਰਿਆ ਬਾਈ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਛੜਿਆਂ ਲਈ ਸਪੈਸ਼ਲ ਤਿਆਰ ਕਰਿਆ ਇਹ ਰੋਬਟ, ਤੁਸੀਂ ਖੂਬਸੂਰਤੀ ਦੇਖੋ ਕੁੜੀ ਦੀ, ਰੋਬਟ ਦੀ ਖੂਬਸੂਰਤੀ ਦੇਖੋ ਕਿੱਡੀ ਸੋਹਣੀ ਬਣਾਈ ਹੈ, ਸਪੈਸ਼ਲੀ ਛੜਿਆਂ ਵਾਸਤੇ ਬਣਾਈ ਹੈ ਇਹ ਰੋਬਟ ਆ ਬਾਈ ਰੋਬਟ। ਜਦੋਂ ਲੋਕਾਂ ਦੇ ਵਿੱਚ ਐਕਸਪੈਰੀਮੈਂਟ ਵਾਸਤੇ ਇਹ ਰੋਬਟ ਛੱਡੀ ਗਈ ਨਾ, ਛੱਡਿਆ ਗਿਆ ਕਹਿ ਲਓ, ਛੱਡੀ ਗਈ ਕਹਿ ਲਓ, ਇਹਦਾ ਕਿਹੜਾ ਕੋਈ ਜੈਂਡਰ ਹੈ, ਬਸ ਠੀਕ ਹੈ ਵੀ ਜੈਂਡਰ ਵੀ ਬਣਾਈ ਦਿੱਤਾ। ਇਹ ਜਦੋਂ ਰੋਬਟ ਛੱਡੀ ਗਈ ਲੋਕਾਂ ਦੇ ਵਿੱਚ, ਤਾਂ ਇਹਨੇ ਉਵੇਂ ਰਿਐਕਸ਼ਨ ਕੀਤਾ ਜਿਵੇਂ ਆਮ ਲੋਕ ਕਰਦੇ ਨੇ। ਲੋਕ ਇਹ ਚੈੱਕ ਕਰ ਰਹੇ ਸੀਗੇ ਵੀ ਇਨਸਾਨਾਂ ਦੇ ਵਿੱਚ ਆਪਦੇ ਆਪ ਨੂੰ ਕਿਸ ਤਰ੍ਹਾਂ ਦਾ ਇਹ ਦਿਖਾਉਂਦੇ ਨੇ, ਤਾਂ ਬਾਈ ਜੀ ਲੋਕਾਂ ਦੇ ਪਛਾਣ 'ਚ ਨਹੀਂ ਆਈ ਸੀ ਇਹ ਰੋਬਟ। ਉਸ ਤੋਂ ਬਾਅਦ ਲੋਕਾਂ ਨੂੰ ਜਦੋਂ ਦੱਸਿਆ ਗਿਆ ਤਾਂ ਲੋਕਾਂ ਨੇ ਇਹਦੇ ਨਾਲ ਇਹਨੂੰ ਟੱਚ ਕਰਕੇ, ਇਹਦੇ ਨਾਲ ਮਤਲਬ ਕਿ ਜਿਸ ਤਰ੍ਹਾਂ ਲੋਕ ਇਹਨੂੰ ਛੇੜਛਾੜ ਜੀ ਕਰ ਰਹੇ ਨੇ, ਇਸ ਤਰ੍ਹਾਂ ਛੇੜ ਕੇ, ਇਸ ਤਰ੍ਹਾਂ ਟੱਚ ਕਰਕੇ, ਇਸ ਤਰ੍ਹਾਂ ਦੇਖਿਆ, ਤਾਂ ਇਹਦੇ ਰਿਐਕਸ਼ਨ ਸੇਮ ਉਵੇਂ ਸੀ ਜਿਵੇਂ ਇੱਕ ਆਮ ਇਨਸਾਨ ਦੇ ਹੁੰਦੇ ਨੇ। ਸੋ ਇਹ ਚੀਜ਼ ਦਾ ਬਾਈ ਜੀ ਫਾਇਦਾ ਵੀ ਬਹੁਤ ਹੈ, ਪਰ ਨੁਕਸਾਨ ਵੀ ਬਹੁਤ ਨੇ। ਦੇਖੋ ਕੰਮ ਕਰਨ ਲਈ ਦੁਨੀਆ ਆਪ ਹੀ ਬਥੇਰੀ ਹੈ ਨਾ, ਬਹੁਤ ਬੇਰੁਜ਼ਗਾਰੀ ਹੈ, ਵੈਸੇ ਇਸ ਤਰ੍ਹਾਂ ਦੇ ਹੋਰ ਇਨਸਾਨ ਬਣਾਉਣ ਦੀ ਤਾਂ ਲੋੜ ਹੀ ਹੈ ਨਹੀਂ, ਪਰ ਫਿਰ ਵੀ ਅਗਰ ਇਸ ਤਰ੍ਹਾਂ ਦੇ ਇਨਸਾਨ ਬਣਦੇ ਵੀ ਨੇ ਤਾਂ ਇਹਦੇ ਫਾਇਦੇ ਵੀ ਬਹੁਤ ਨੇ। ਚਲੋ ਕੰਮ ਕਾਰ ਬਹੁਤ ਆਪਦੇ ਢੰਗ ਦੇ ਨਾਲ, ਕਿਉਂਕਿ ਹੁਣ ਤਾਂ ਰੋਬਟ ਹੈ ਜਿਹੜੇ ਉਹ ਆਪਰੇਸ਼ਨ ਵੀ ਕਰਨ ਲੱਗ ਗਏ ਜਿਹਦੇ ਵਿੱਚ ਜੀਰੋ ਗਲਤੀ ਕਹਿ ਦੀ ਆਪਾਂ, ਗਲਤੀ ਦਾ ਕੋਈ ਗੁੰਜਾਇਸ਼ ਹੀ ਨਹੀਂ, ਕਿਉਂਕਿ ਉਹਦੇ ਤਾਂ ਦਿਮਾਗ 'ਚ ਜੋ ਚੀਜ਼ ਫੀਡ ਕਰਤੀ ਉਹਨੇ ਉਸੇ ਤਰ੍ਹਾਂ ਹੀ ਚੱਲਣਾ। ਅਤੇ ਇਹ ਇੱਕ ਥਾਂ 'ਤੇ ਨਹੀਂ ਛੱਡਿਆ, ਵੱਖੋ ਵੱਖ ਥਾਵਾਂ 'ਤੇ ਰੋਬੋਟ ਛੱਡ ਕੇ ਦੇਖੀ ਆ ਬਾਈ ਜੀ। ਪਰ ਜੇਕਰ ਹੁਣ ਇਹਦੇ 'ਚ ਗਲਤ ਕੀ ਹੈ, ਅਗਰ ਇਹਦਾ ਕੋਈ ਸੋਫਟਵੇਅਰ 'ਤੇ ਕੋਈ ਗਲਤ ਚੀਜ਼ ਚੜ ਗਈ ਜਾਂ ਇਹਨੇ ਕੋਈ ਸੋਫਟਵੇਅਰ ਦੇ ਹਿਸਾਬ ਨਾਲ ਗਲਤ ਚੀਜ਼ ਦਿਮਾਗ 'ਤੇ ਚੜਾ ਲਈ, ਤਾਂ ਇਹਦੇ ਨੁਕਸਾਨ ਵੀ, ਫਿਰ ਇਹਨਾਂ ਨੂੰ ਰੋਕਣ ਵਾਲਾ ਵੀ ਕੋਈ ਨਹੀਂ। ਆਮ ਇਨਸਾਨ ਨੂੰ ਤਾਂ ਆਪਾਂ ਸਜ਼ਾ ਦੇ ਕੇ ਰੋਕ ਦਿੰਦੇ ਹਾਂ, ਫਿਰ ਇਹ ਤਾਂ ਇਹਨੂੰ ਰੋਕਣਾ ਤਾਂ ਔਖਾ ਹੀ ਹੈ ਕੰਮ। ਅਤੇ ਵੀਡੀਓ ਨੂੰ ਦੋਸਤੋ ਸ਼ੇਅਰ ਵੱਧ ਤੋਂ ਵੱਧ ਜ਼ਰੂਰ ਕਰਦੇ ਕਰੋ, ਇਸ ਤਰ੍ਹਾਂ ਦੀਆਂ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਹਿੰਦੇ ਹਾਂ। ਅਤੇ ਬਾਕੀ ਭਾਈ ਹੁਣ ਜੇ ਆਪਾਂ ਊਂ ਕਹੀਏ ਆਮ ਇੱਕ ਭਾਸ਼ਾ ਦੇ ਵਿੱਚ, ਤਾਂ ਹੁਣ ਜਿਹੜੇ ਲੋਕਾਂ ਦਾ ਵਿਆਹ ਨਹੀਂ ਹੁੰਦਾ ਛੜੇ ਨੇ, ਉਹਨਾਂ ਨੂੰ ਵੀ ਇਹ ਚੀਜ਼ ਦੀ ਮੌਜ ਲੱਗ ਜੂਗੀ ਬਾਈ, ਨਜ਼ਾਰਾ ਆਜੂਗਾ। ਛੜਿਆਂ ਵਾਸਤੇ ਤਾਂ ਜਮੀਂ ਰੰਗੇ ਲੱਗ ਗਏ ਯਾਰ, ਅਤੇ ਨਾਲੇ ਖੂਬਸੂਰਤੀ ਦੇਖੋ ਹੈ ਨਾ, ਚੀਜ਼ ਦੇਖੋ ਬਣਾਈ, ਬਣਾਉਣ ਵਾਲੇ ਨੇ ਬਣਤਰ ਦੇਖੋ ਕਿੱਡੀ ਸੋਹਣੀ ਬਣਾਈ ਹੈ।